ਕਿਤੇ ਦੇਖੋ ਐਕਸ ਚੈੱਕ ਹੋਣ ਦਿਆ ਦਾ ਹਾਂਜੀ ਵਾ ਠੀਕ ਹੈ ਆ ਪੂਰਾ ਥਰਮਾਮੀਟਰ ਲਾ ਕੇ ਚੈੱਕ ਕਰਨ ਗਿਆ ਇਹਨੂੰ ਅਤੇ ਇਹ ਹੁਣ ਸੈਂਪਲ ਚੈੱਕ ਹੋਣ ਦੇ ਨੇ ਇਹ ਕੱਲ੍ਹ ਇਹਨਾਂ ਨੇ ਇਹ ਲਾਇਆ ਸੀ ਅਤੇ ਨਹੀਂ ਸਹੀ ਅਤੇ ਹੁਣ ਇਹ ਲਾ ਲਿਆ ਕੇ ਆਏ ਨੇ ਠੀਕ ਹੈ ਬਿਲਕੁਲ ਮੀਆਂ ਮੀਆਂ ਜਾਣੀ ਕਿ ਅੱਜ ਸੀਮਟ ਇਹਨਾਂ ਨੇ ਚੈੱਕ ਕੀਤਾ ਬਿਲਕੁਲ ਸਹੀ ਸੀਮਟ ਸੀ ਅਤੇ ਹੁਣ ਇਹਨਾਂ ਨੇ ਕੰਨੀ ਕੰਕਰੀਟ ਕਰਨੀ ਹੈ ਇਸ ਤਰ੍ਹਾਂ ਨਹੀਂ ਨਾ ਕੰਮ ਹੁੰਦੇ ਆ ਇਸ ਤਰ੍ਹਾਂ ਬਿਲਕੁਲ ਹੁਣ ਇਸ ਤਰ੍ਹਾਂ ਕੰਮ ਹੁੰਦੇ ਜੇ ਪਾਕਿਸਤਾਨ ਕੋਈ ਮਿਸਤਰੀ ਕਹਿ ਦਿੰਦਾ 5-6 ਦਾ ਬਣਾ ਲਓ ਕੋਈ ਕਹਿੰਦਾ 7-8 ਦਾ ਬਣਾ ਲਓ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨੀ ਜੇ ਲਾਈਕ ਕਰਨੀ ਆ ਵੇਖੋ ਇਹਨਾਂ ਨੇ ਸੈਂਪਲ ਇੱਥੇ ਬਣਾ ਕੇ ਰੱਖੇ ਇੱਥੇ ਇਹਨਾਂ ਨੇ ਠੀਕ ਹੈ ਆਹ ਵੇਖਿਓ ਹੁਣ ਆਹ ਚੁੱਕਣ ਲੱਗਾ ਜੇ ਆਹ ਵੇਖਿਓ ਇਹ ਪਾਖ ਜਾ ਜੈਸੇ ਕੁਲਫੀ ਨਹੀਂ ਬਣਦੀ ਆ ਵੇਖ ਬਿਲਕੁਲ ਸਹੀ ਬਣਿਆ ਹੁਣ ਚੈੱਕ ਕਰਨਗੇ ਇਹਨੂੰ ਆਹ ਵੇਖੋ ਮੀਟਰ ਲਾ ਕੇ ਚੈੱਕ ਕਰਦੇ ਪਏ ਨੇ ਹਾਂ ਸਹੀ ਭਮੈਸ਼ ਆ ਰਹੀ ਹੈ ਕਿ ਨਹੀਂ ਆ ਰਹੀ ਠੀਕ ਇੰਨਾ ਕੰਕਰੀਟ ਕਰਨੀ ਇਹਨਾਂ ਨੇ ਬੜੇ ਟੈਸਟ ਹੁੰਦੇ ਆ ਜਿਸ ਤਰ੍ਹਾਂ ਪਾਕਿਸਤਾਨ ਬੰਦਾ ਬਿਮਾਰ ਹੋ ਜਾਏ ਅਤੇ ਡਾਕਟਰ ਕੋਲ ਜਾਏ ਤਾਂ ਟੈਸਟ ਕਰਦੇ ਨੇ ਇਸ ਤਰ੍ਹਾਂ ਟੈਸਟ ਕਰਦੇ ਨੇ ਕੰਕਰੀਟ ਫਿਰ ਮਤਲਬ ਲੈਂਡਰ ਭਰਦੇ ਨੇ ਅੱਜ ਲੈਂਡਰ ਨਹੀਂ ਭਰਦੇ ਠੀਕ ਹੈ ਵੇਖੋ ਹਰ ਬੰਦਾ ਤਸਵੀਰਾਂ ਖਿੱਚ ਰਿਹਾ ਕਿਉਂ ਇਹਨੇ ਅੱਗੇ ਜਾ ਕੇ ਵਹਾਣੀ ਆ ਇੰਨੀ ਭਮੈਸ਼ ਆਈ ਹੈ ਲੈਂਡਰ ਦੀ ਠੀਕ ਹੈ ਇਹ ਬੰਬੂ ਬੰਬੂ ਜਿਹੜੇ ਚ ਪਾਕਿਸਤਾਨ ਤੁਸੀਂ ਸੌਦਾ ਤੋਲ ਕੇ ਦਿੰਦੇ ਹੋ ਇਹਨਾਂ ਨੇ ਬਿਲਕੁਲ ਨਵਾਂ ਰੱਖਿਆ ਇੱਥੇ ਕੰਕਰੀਟ ਚੈੱਕ ਕਰਨ ਵਾਸਤੇ ਦੇਖੋ ਵੀ ਪਾਰਸ਼ੇ ਲਗਾ ਰਹੇ ਆ ਕੰਕਰੀਟ ਕਰਨਗੇ ਇਹ ਪੇਜ਼ਾਂ ਦੇ ਵਿੱਚ ਕੰਕਰੀਟ ਭਰਨੀ ਇਹਨਾਂ ਨੇ ਇੱਕ ਪਿੱਲਰ ਬਣਾਇਆ ਤਾਂ ਵੇਖ ਲਓ ਕਿੰਨਾ ਸਰੀਆ ਪਾਇਆ ਪਾਕਿਸਤਾਨ ਇੱਕ ਸਰੀਆ ਪਾ ਦੋ ਨਾ ਦੁਆਰ ਦੇ ਵਿੱਚ ਅਤੇ ਆਖਦੇ ਨੇ ਹੁਣ ਨਹੀਂ ਜਾਂਦੀ ਸਾਰੀ ਉਮਰ ਠੀਕ ਹੈ ਅਤੇ ਹੱਥਾਂ ਨਾਲ ਬਣਾ ਬਣਾ ਕੇ ਮਾਰ ਜਾਣਾ ਤਾਂ ਮਹਾਨਾ ਵਾ ਇਹ ਸਾਈਡ 'ਤੇ ਅਸੀਂ ਕੰਮ ਲੱਗੇ ਦੇ ਹਾਂ ਠੀਕ ਹੈ ਕਿੱਡੀ ਵੱਡੀ ਸਾਈਡ ਹੈ ਵੱਡੀ ਸਾਈਡ 'ਤੇ ਵੀ ਇੱਧਰ ਵੀ ਆ ਫੋਮ ਵਿੱਚ ਲੱਗਦੀ ਹੈ ਠੀਕ ਤੁਹਾਨੂੰ ਉਹ ਵੀ ਵਿਖਾਉਂਦੇ ਹਾਂ ਤੁਹਾਨੂੰ ਵਹਾਨਾ ਕਿਹੜੀ ਜਗ੍ਹਾ 'ਤੇ ਲੈਂਡਰ ਭਰਨ ਲੱਗੇ ਨੇ ਇਹਨਾਂ ਨੇ ਬੀਮ ਭਰਨੇ ਨੇ ਬੀਮ ਠੀਕ ਹੈ ਥੱਲੇ ਆਹ ਵੇਖਿਓ ਸ਼ੁਭ ਸ਼ੁਭ ਲਾਜ਼ਮ ਕੋਇਸ ਕੇ ਫਿਲਹਾਲ ਕੋਇਸ ਵੈਰੀ ਦਾ ਫਰੋਮ ਵੈਰੀ ਦਾ ਫਰੋਮ ਇਹ ਫਲਸਤੀਨ ਸ਼ਾਮ ਦਾ ਸ਼ਾਮ ਦਾ ਠੀਕ ਹੈ ਮੁਲਕ ਹੈ ਸ਼ਾਮ ਫਲਸਤੀਨ ਦੇ ਨਾਲ ਉੱਥੋਂ ਦਾ ਅਤੇ ਬਾਕੀ ਸਾਰੇ ਅਰਬੀ ਲੱਗੇ ਨੇ ਜਨਰੇਟਰ ਸਟਾਰਟ ਕਰ ਰਹੇ ਨੇ ਉੱਥੇ ਜੇ ਕੰਕਰੀਟ ਕਰਨਗੇ ਨਾਲ ਉੱਥੇ ਅਸਾਂ ਇਹ ਜਿਸ ਤਰ੍ਹਾਂ ਪਾਕਿਸਤਾਨ ਗੌਰਮੈਂਟ ਦੇ ਨਾਲ ਦੇ ਕਢਾਈ ਕਰਦੇ ਕਢਾਈ ਪਹਿਲਾਂ ਹਵਾ ਮਾਰਨਗੇ ਫਿਰ ਹਵਾ
ਹਵਾ ਬਲੋਰ ਸਾਡਾ ਹਵਾ ਵਾਲਾ ਸਖਤ ਸਾਡਾ ਜੋ ਹੈ ਨਾ ਉਹਦੇ ਵਿੱਚ ਫੇਰਦੇ ਨੇ ਅਤੇ ਧਮਕ ਦੇ ਨਾਲ ਕੰਕਰੀਟ ਥੱਲੇ ਜਾਂਦੀ ਹੈ। ਠੀਕ ਹੈ ਬਾਅਦ ਕਿਹਦਾ ਕਿਤਨਾ ਬਦਲੀ ਹੈ ਆਪ ਦਿਖਾਤੇ ਹਾਂ ਮਿਹਨਤ ਕਰਦੇ ਵੀਡੀਓ ਬਣਾਈ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ। ਪੈਪ ਖੜਾ ਦੇ ਧਮਕ ਦੇ ਨਾਲ ਥੱਲੇ ਕੰਕਰੀਟ ਜਾਏਗੀ ਯਾਨੀ ਕਿ ਕੋਈ ਜਗ੍ਹਾ ਖਾਲੀ ਨਹੀਂ ਰਹਿ ਗਿਆ। ਦੇਖੋ ਵਿੱਚ ਮੁੰਡਾ ਪੈਪ ਫੇਰ ਰਿਹਾ ਵਾ ਹਰ ਜਗ੍ਹਾ ਨੂੰ ਕੰਕਰੀਟ ਜਾਈ ਜਾਣ ਮੁੰਡਾ ਵਿੱਚ ਪੈਪ ਫੇਰਦਾ ਨਾ ਕਿੰਨੀ ਸਪੀਡ ਦੇ ਨਾਲ ਕੰਕਰੀਟ ਛੱਡੀ ਜਾਂਦੀ ਹੈ। ਹੋ ਗਿਆ